हां जी एरेटी स्टार्ट संगतरा नींबू जाती ਦਾ ਮਸ਼ਹੂਰ ਫਲ ਹੈ ਡੈਂਡੀ ਆਂਬ ਅਤੇ ਕੇਲੇ ਪਿੱਛੋਂ ਇਹ ਇੱਕ ਮਹੱਤਵਪੂਰਨ ਫਲ ਹੈ ਡੈਂਡੀ ਇਸ ਦੇ ਮਿੱਠੇ ਸੁਆਦ ਸੁਗੰਧੀ ਅਤੇ ਇਸ ਦੀ ਤਰੋਤਾਜ਼ਗੀ ਕਰਕੇ ਸਾਰਾ ਸਾਲ ਇਸ ਦੀ ਬਾਜ਼ਾਰ ਵਿੱਚ ਮੰਗ ਰਹਿੰਦੀ ਹੈ ਡੈਂਡੀ ਰਸਦਾਰ ਫਲਾਂ ਵਿੱਚੋਂ ਇਹ ਸਭ ਤੋਂ ਵੱਧ ਤਾਜ਼ਗੀ ਦੇਣ ਵਾਲਾ ਫਲ ਹੈ ਡੈਂਡੀ ਇਹ ਬੜਾ ਰਸੀਲਾ ਮਿੱਠਾ ਅਤੇ ਤੰਦਰੁਸਤੀ ਦੇਣ ਵਾਲਾ ਫਲ ਹੈ ਡੈਂਡੀ ਬਿਮਾਰੀ ਵਿੱਚ ਖਾਸ ਕਰਕੇ ਰੋਗੀਆਂ ਨੂੰ ਇਸ ਫਲ ਦੀ ਖਾਸ ਸਿਫਾਰਿਸ਼ ਕੀਤੀ ਜਾਂਦੀ ਹੈ ਡੈਂਡੀ ਕੋਲਡ ਸਟੋਰ ਵਿੱਚ ਸਾਂਭ ਕੇ ਰੱਖਣ ਨਾਲ ਇਸ ਫਲ ਦੇ ਸਵਾਦ ਵਿੱਚ ਥੋੜਾ ਜਿਹਾ ਫਰਕ ਆ ਜਾਂਦਾ ਹੈ ਡੈਂਡੀ ਫਲ ਨੂੰ ਪਕਾਉਣ ਲਈ ਏਥਲੀਨ ਗੈਸ ਦੀ ਲੋੜ ਨਹੀਂ ਇਹ ਬੂਟੇ ਤੇ ਹੀ ਪੱਕ ਜਾਂਦਾ ਹੈ ਡੈਂਡੀ ਪੈਰਾ ਸੰਗਤਰੀ ਦੀ ਵਰਤੋਂ ਮਨੁੱਖ ਦੀ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦੀ ਹੈ ਡੈਂਡੀ ਮਨੁੱਖੀ ਸਰੀਰ ਨੂੰ ਤਾਕਤ ਦੇਣ ਵਾਲੇ ਫਲਾਂ ਵਿੱਚੋਂ ਇਹ ਫਲ ਸਭ ਤੋਂ ਪਹਿਲੇ ਨੰਬਰ 3 ਆਉਂਦਾ ਹੈ ਡੈਂਡੀ ਸਰੀਰ ਨੂੰ ਰिष्ट ਪੋਸ਼ਟ ਰੱਖਣ ਵਾਲੇ ਪੋਸਟਿਕ ਤੱਤ ਭਾਵ β-ਟਾਮਨ ਇਹ ਵਿਟਾਮਿਨ ਬੀ ਵਿਟਾਮਿਨ ਸੀ ਅਤੇ ਕੈਲਸ਼ੀਅਮ ਇਸ ਵਿੱਚ ਮੌਜੂਦ ਹਨ ਡੈਂਡੀ ਇਹ ਤੱਤ ਪਾਚਨ ਪ੍ਰਣਾਲੀ ਗੁਰਦੇ ਲਹੂ ਦੇ ਵਹਾਓ ਅਤੇ ਤੰਤੂ ਪ੍ਰਣਾਲੀ ਨੂੰ ਤੰਦਰੁਸਤ ਰੱਖਦੇ ਹਨ ਡੈਂਡੀ ਇਸ ਤੋਂ ਇਲਾਵਾ ਸੰਗਤਰੇ ਦੇ ਰਸ ਵਿੱਚ ਖੰਡ ਤੱਤ ਤੇਜਾਬ ਕਨੇਜ ਪਦਾਰਥ ਕੈਲਸ਼ੀਅਮ ਲਾਈਮ ਫਾਸਫੋਰਸ ਲੋਹਾ ਅਤੇ ਖਾਰੀ ਤੱਤ ਵੀ ਬਹੁਤ ਜ਼ਿਆਦਾ ਹੁੰਦੇ ਹਨ ਡੈਂਡੀ ਸੰਗਤਰੀ ਦਾ ਰਸ ਖਾਣੇ ਨੂੰ ਛੇਤੀ ਹজম ਕਰਨ ਵਿੱਚ ਸਹਾਈ ਹੁੰਦਾ ਹੈ ਡੈਂਡੀ ਸਰੀਰ ਵਿੱਚ ਖਾਰੀ ਤੱਤਾਂ ਦੇ ਭੰਡਾਰ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਡੈਂਡੀ ਇਸ ਦੇ ਰਸ ਤੋਂ ਕਈ ਪੀਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਡੈਂਡੀ ਸੰਗਤਰੇ ਨਾਲ ਲੱਗਿਆ ਪਤਲਾ ਛਿਲਕਾ ਤੇ ਚਿੱਟਾ ਰੇਸ਼ਿਆਂ ਵਾਲਾ ਭਾਗ ਜੇ ਰਸ ਅਤੇ ਗੁੱਦੇ ਨਾਲ ਖਾਦਾ ਜਾਵੇ ਤਾਂ ਕਬਜ਼ੀ ਦੀ ਸ਼ਿਕਾਇਤ ਨਹੀਂ ਹੁੰਦੀ ਡੈਂਡੀ वैसे भी संतरे ਵਿੱਚ ਕਬਜ ਨੂੰ ਦੂਰ ਕਰਨ ਵਾਲੇ ਤੱਤ ਬਧੇਰੇ ਹੁੰਦੇ ਹਨ ਜੋ ਪੇਟ ਨੂੰ ਸਾਫ਼ ਰੱਖਦੇ ਹਨ ਡੈਂਡੀ ਸੰਤਰੇ ਦੇ ਬਾਹਰਲੇ ਛਿੱਲੜੇਠਾਂ ਇੱਕ ਚਿੱਟੇ ਰੰਗ ਦੀ ਪਤਲੀ ਜਹੀ ਛਿੱਲੀ ਹੁੰਦੀ ਹੈ ਡੈਂਡੀ ਇਸ ਛਿੱਲੀ ਵਿੱਚ ਪੈਕਟਨ ਨਾਂ ਦਾ ਤਤ ਹੁੰਦਾ ਹੈ ਡੈਂਡੀ ਫਲ ਵਿੱਚ ਇਸ ਪੈਕਟਿਨ ਦੀ ਮਾਤਰਾ ਵਧੇਰੇ ਹੋਣ ਕਰਕੇ ਇਸ ਫਲ ਤੋਂ ਬਹੁਤ ਵਧੀਆ ਜੈਮ ਅਤੇ ਜੈਲੀ ਤਿਆਰ ਕੀਤੀ ਜਾਂਦੀ ਹੈ ਡੈਂਡੀ ਜੇ ਕਿਸੇ ਹੋਰ ਪੈਕਟਿਨ ਵਾਲੇ ਫਲ ਦੀ ਜੈਲੀ ਜਾਂ ਜੈਮ ਤਿਆਰ ਕਰਨਾ ਹੋਵੇ ਤਾਂ ਉਸ ਵਿੱਚ ਸੰਗਤਰੇ ਦੀ ਪੈਕਟਨ ਦੀ ਵਰਤੋਂ ਕੀਤੀ ਜਾਂਦੀ ਹੈ ਡੈਂਡੀ ਪੈਰਾ ਬੋਤਲ ਨਾਲ ਦੁੱਧ ਪੀਣ ਵਾਲੇ ਛੋਟੇ ਬੱਚਿਆਂ ਲਈ ਸੰਗਤਰੇ ਦਾ ਰਸ ਅੰਮ੍ਰਿਤ ਸਮਾਨ ਹੈ ਡੈਂਡੀ ਅਜੋਕੀ ਸਬਿੱਤਾ ਦੇ ਪ੍ਰਭਾਵ ਮਾਮਾ ਬੱਚਿਆਂ ਦਾ ਦੁੱਧ ਛੇਤੀ ਹੀ ਛੜਾ ਦਿੰਦੀਆਂ ਹਨ ਜਿਸ ਕਰਕੇ ਬੱਚੇ ਨੂੰ ਬਾਲ ਅਵਸਥਾ ਵਿੱਚ ਠੀਕ ਅਤੇ ਸਹੀ ਖੁਰਾਕ ਨਹੀਂ ਮਿਲਦੀ ਡੈਂਡੀ ਸਟਾਕ